ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਾਈ ਨੇਮ ਇਜ਼ ਸਿਮਰਨਦੀਪ ਕੌਰ, ਆਈ ਐਮ ਐਨ ਐਸ ਐਸ ਵਲੰਟੀਅਰ ਫਰੋਮ ਸਾਈਂ ਕਾਲਜ ਆਫ ਐਜੂਕੇਸ਼ਨ ਜਲੰਧਰ। ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਕੋਵਿਡ-19 ਵਰਗੀ ਭਿਆਨਕ ਬਿਮਾਰੀ ਨੇ ਪੂਰੀ ਦੁਨੀਆ ਦੇ ਵਿੱਚ ਆਤੰਕ ਮਚਾਇਆ ਹੋਇਆ ਹੈ, ਸੋ ਸਾਨੂੰ ਜ਼ਰੂਰਤ ਹੈ ਕਿ ਅਸੀਂ ਇਸ ਬਿਮਾਰੀ ਦੇ ਵਿਰੁੱਧ ਇੱਕਜੁੱਟ ਹੋ ਕੇ ਲੜੀਏ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਲੋਕਡਾਊਨ ਕੀਤਾ ਗਿਆ ਹੈ, ਸੋ ਸਾਨੂੰ ਸਭ ਨੂੰ ਇਸ ਲੋਕਡਾਊਨ ਦਾ ਪੂਰੀ ਤਰ੍ਹਾਂ ਸਮਰਥਨ ਕਰਨਾ ਚਾਹੀਦਾ ਹੈ। ਇਸ ਲੋਕਡਾਊਨ ਦਾ ਸਮਰਥਨ ਕਰਦੇ ਹੋਏ ਸਾਨੂੰ ਆਪਣੇ ਘਰਾਂ ਦੇ ਵਿੱਚ ਹੀ ਸੇਫ ਰਹਿਣਾ ਚਾਹੀਦਾ ਹੈ, ਕਿਉਂਕਿ ਜਿੰਨਾ ਸਮਾਂ ਅਸੀਂ ਆਪਣੇ ਘਰ ਦੇ ਵਿੱਚ ਰਹਾਂਗੇ ਉਨਾ ਟਾਈਮ ਹੀ ਅਸੀਂ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਸੇਫ ਰਹਾਂਗੇ। ਇਸ ਬਿਮਾਰੀ ਦੇ ਕੁਝ ਕਾਮਨ ਸਿੰਪਟਮਸ ਹਨ, ਫੋਰ ਐਗਜ਼ਾਮਪਲ ਫੀਵਰ, ਡਰਾਈ ਕਫ, ਟਾਈਟਨੈਸ, ਰਨੀ ਨੋਜ਼, ਸ਼ੋਰਟਨੈਸ ਆਫ ਬ੍ਰੀਥ। ਇਸ ਬਿਮਾਰੀ ਤੋਂ ਬਚਣ ਦੇ ਲਈ ਕੁਝ ਪ੍ਰੀਕੋਸ਼ਨਸ ਹਨ ਜਿਹੜੇ ਕਿ ਸਾਡੇ ਵੱਲੋਂ ਯੂਜ਼ ਕੀਤੇ ਜਾਣੇ ਬਹੁਤ ਜ਼ਿਆਦਾ ਜ਼ਰੂਰੀ ਆ। ਫੋਰ ਐਗਜ਼ਾਮਪਲ, ਵੋਸ਼ ਯੂਅਰ ਹੈਂਡਸ, ਯੂਜ਼ ਫੇਸ ਮਾਸਕ, ਕੀਪ ਸੋਸ਼ਲ ਡਿਸਟੈਂਸਿੰਗ, ਯੂਜ਼ਡ ਅਲਕੋਹਲ ਬੇਸ ਹੈਂਡ ਸੈਨੀਟਾਈਜ਼ਰ, ਕਵਰ ਯੂਅਰ ਕਫ ਔਰ ਸਨੀਜ ਵਿਦ ਟਿਸ਼ੂ, ਸਟੇ ਹੋਮ ਵੈਨ ਯੂ ਆਰ ਸਿੱਕ, ਅਵੋਇਡਿੰਗ ਟੱਚਿੰਗ ਯੂਅਰ ਆਈਜ਼, ਨੋਜ਼ ਐਂਡ ਮਾਊਥ, ਸਟੇ ਹੋਮ, ਸਟੇ ਸੇਫ।